ਉਹ ਲਿਬਰਲਿਜ਼ਮ ਵਿੱਚ ਨਫੀ ਕਰਦੇ ਨੇ ਇਸ ਮੌਕਫ ਦੀ, ਤੇ ਮੈਨੂੰ ਹਮੇਸ਼ਾ ਖੁਸ਼ੀ ਹੁੰਦੀ ਉਹਨਾਂ ਦੋਸਤਾਂ ਦੀ ਜਿਹੜੇ ਪੰਜਾਬੀ ਐਸੇ ਕੰਮ ਕਰਦੇ ਨੇ ਲੇਕਿਨ ਨਾਲ ਸੂਫੀਜ਼ਮ ਐਸੇ ਕੰਮ ਕਰਦੇ ਨੇ। ਸੋ ਸਾਨੂੰ ਬਹੁਤ ਖੁਸ਼ੀ ਹੋਈ ਜਨਾਬ ਆਜ਼ਾਦ ਪੱਟੀ ਸਾਹਿਬ ਦੀ ਆਮਦ ਨਾਲ। ਮੈਂ ਇੰਤਹਾਈ ਇਤਰਾਮ ਨਾਲ ਗੁਜ਼ਾਰਿਸ਼ ਕਰਾਂਗਾ ਡਾਕਟਰ, ਅੱਛਾ ਕਿਉਂਕਿ ਬਿਜਲੀ ਦਾ ਜਾਣਾ ਅਫਸਰ ਦੇ ਜ਼ਿੰਮੇਦਾਰ ਸਾਡੇ ਕੋਲ ਚੀਫ ਇੰਜੀਨੀਅਰ ਵਾਰਡਾ ਬੈਠੇ ਨੇ, ਅਜਾਜ ਘੁੰਮਣ ਸਾਹਿਬ ਇੰਨੇ ਜ਼ਿੰਮੇਦਾਰ ਇਹਨਾਂ ਦੇ, ਕਿਉਂਕਿ ਬਿਜਲੀ ਜਾਏ ਤਾਂ ਵਾਰਡਾ ਦਾ ਚੀਫ ਇੰਜੀਨੀਅਰ ਜ਼ਿੰਮੇਦਾਰ ਹੁੰਦਾ ਤੇ ਮੈਂ ਇੰਤਹਾਈ ਇਤਰਾਮ ਨਾਲ ਗੁਜ਼ਾਰਿਸ਼ ਕਰਾਂਗਾ ਕਿ ਉਹ ਸਾਡੀ ਦੋਸਤਾਂ ਨੂੰ ਸੀਰਤ ਦੇ ਹਵਾਲੇ ਨਾਲ ਚੰਦ ਜੁਮਲੇ ਸਾਡੇ ਨਾਲ ਸਾਂਝੇ ਕਰਨ। ਜਨਾਬੇ ਡਾਕਟਰ ਤਾਰਕ ਸ਼ਰੀਫ ਜ਼ਾਦਾ ਸਾਹਿਬ, ਬਿਸਮ ਰੱਬੇ ਮੁਹੰਮਦ ਕਰੀਮ ਅਲੈਹਿ ਸਲਾਤੁ ਵਸਲਾਮ। ਸਾਦਾਤ ਇਕਰਾਮ ਸਮੇਂ ਸਾਰੇ ਬਜ਼ੁਰਗਾਂ ਦੀ ਇਜਾਜ਼ਤ ਦੇ ਨਾਲ ਇੱਕ ਦਫਾ ਬਾਬਾ ਦੇ ਬੁਲੰਦ ਦਰੂਦ ਪਾਕ ਪੜ ਲਓ ਤਾਂ ਕਿ ਇੱਜ਼ਤ ਮਾਪ ਅਬਦੁਲ ਮਜੀਦ ਮਿਨਾਸ ਸਾਹਿਬ ਔਰ ਸਟੇਜ ਤੇ ਬੈਠੇ ਸਾਰੇ ਇਲਮ ਅਦਬ ਦੇ ਮੁਹੱਬਤ ਕਰਨ ਵਾਲੇ, ਮੈਂ ਸਾਰਿਆਂ ਦੀ ਤਰਫੋਂ ਸਭ ਤੋਂ ਪਹਿਲੇ ਤਾਂ ਮੁਦੱਸਰ ਇਕਬਾਲ ਭੱਟ ਸਾਹਿਬ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਉਹਨਾਂ ਨੇ ਇਸ ਹਿੱਦਤ ਤੋਂ ਭਰਪੂਰ ਮਾਹੌਲ ਦੇ ਅੰਦਰ ਵੀ ਮਹਿਫਿਲ ਨੂੰ ਉਸੇ ਤਰ੍ਹਾਂ ਹੀ ਇਹਦੀ ਤਾਜ਼ਗੀ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਬਹੁਤ ਅਸੀਂ ਠੰਡੇ ਔਰ ਮਹਿਫੂਜ਼ ਹਾਲਸ ਦੇ ਅੰਦਰ ਇਸ ਤਰ੍ਹਾਂ ਦੀਆਂ ਤਕਰੀਬਾਤ ਸ਼ਾਮਿਲ ਹੁੰਦੇ ਹਾਂ ਅਤੇ ਲੋਕ ਆਉਂਦੇ ਜਾਂਦੇ ਤਾਂ ਪੈਣ, ਲੇਕਿਨ ਮੈਂ ਮੇਰੇ ਖੁਸ਼ਗੁਮਾਨੀ ਬੇਸ਼ੱਕ ਹੋਏ ਲੇਕਿਨ ਮੈਂ ਮੇਰੇ ਅੰਦਰੋਂ ਇੱਕ ਆਵਾਜ਼ ਹੀ ਆ ਰਹੀ ਹੈ ਕਿ ਜਿਹੜੇ ਲੋਕ ਬਾਹਰ ਜਾ ਰਹੇ ਉਹਨਾਂ 'ਚੋਂ ਵੀ ਬਹੁਤ ਸਾਰੇ ਲੋਕਾਂ ਦਾ ਦਿਲ ਜਿਹੜਾ ਉਹ ਅੰਦਰ ਹੀ ਜੁੜਿਆ ਹੈ, ਜਿਸਮਾਨੀ ਤੌਰ 'ਤੇ ਬਾਹਰ ਜਾ ਰਹੇ ਲੇਕਿਨ ਦਿਲ ਉਹਨਾਂ ਦਾ ਜਿਹੜਾ ਉਹ ਸਾਹਿਬ ਸਾਹਿਬ ਦੀ ਗੁਫਤਗੂ ਦੇ ਨਾਲ ਹੀ ਜੁੜੇ ਹੈ। ਵਕਤ ਕਿਉਂਕਿ ਕਾਫੀ ਸਾਰਾ ਗੁਜ਼ਰ ਗਿਆ ਔਰ ਜਿਹੜੀ ਕੈਫੀਅਤ ਹੈ ਉਸ ਵਿੱਚ ਮੈਂ ਸਮਝਦਾ ਕਿ ਇੰਤਹਾਈ ਇਖਤਸਾਰ ਦੇ ਨਾਲ ਦੋ ਗੱਲਾਂ ਜਿਹੜੀਆਂ ਸਿਰਫ ਤੁਹਾਡੇ ਜਿਹੜੇ ਨੇ ਸਪੋਰਟ ਕਰਨੀਆਂ। ਅਗਰ ਮੇਰਾ ਛੋਟਾ ਭਾਈ ਸਰਵਰ ਨਕਸ਼ਬੰਦੀ ਇੱਥੇ ਮੌਜੂਦ ਨਾ ਹੁੰਦੇ ਨਾ ਤਾਂ ਫਿਰ ਮੈਂ ਇਹ ਗੱਲ ਸ਼ਾਇਦ ਨਾ ਕਰਦਾ, ਇਹਨੂੰ ਮੈਂ ਸਕਿਪ ਕਰ ਜਾਂਦਾ, ਲੇਕਿਨ ਇਹਨਾਂ ਦੀ ਮੌਜੂਦਗੀ 'ਚ ਇਹ ਗੱਲ ਕਰਨੀ ਬੜੀ ਜ਼ਰੂਰੀ ਔਰ ਇਹਨਾਂ ਦੇ ਸਪੁਰਦ ਕਰਨੀ ਬੜੀ ਜ਼ਰੂਰੀ, ਕਿਉਂਕਿ ਉਹ ਜੌਨ ਭਾਈ ਨੇ ਕਿਹਾ ਸੀ ਨਾ ਕਿ ਖੂਬਾਂ ਕਹਾਂ ਥੇ ਨੁਕਤਾ ਖੂਬੀ ਸੇ ਬਾਖਬਰ, ਖੂਬਾਂ ਕਹਾਂ ਥੇ ਨੁਕਤਾ ਖੂਬੀ ਸੇ ਬਾਖਬਰ, ਯੇ ਅਹਿਲੇ ਫਨ ਕੀ ਬਾਤ ਥੀ ਔਰ ਅਹਿਲੇ ਫਨ ਮੇਂ ਥੀ। ਮੈਂ ਸਮਝਦਾ ਹਾਂ ਇਹ ਗੱਲ ਤੁਹਾਡੇ ਹੁੰਦਿਆਂ ਜ਼ਰੂਰੀ ਹੈ। ਸਾਡੇ ਜ਼ਮਾਨੇ 'ਚ ਮੇਰੀ ਯਾਦਾਸ਼ਤ 'ਚ ਪਿਛਲੇ 50-55 ਸਾਲ ਦੇ ਜਿਹੜੇ ਲੋਕ ਨਾਥ ਕਹਿੰਦੇ ਮੈਨੂੰ ਮਯਸਰ ਆਏ, ਜਿਹਨਾਂ ਨੂੰ ਮੈਨੂੰ ਸੁਣਨ ਦਾ ਸ਼ਰਫ ਹਾਸਿਲ ਹੋਇਆ, ਜਿਹਨਾਂ ਨੂੰ ਪੜ੍ਹਨ ਦਾ ਸ਼ਰਫ ਹਾਸਿਲ ਹੋਇਆ, ਉਹਨਾਂ ਸਾਰਿਆਂ ਦੇ ਹਾਂ ਇੱਕ ਜਿਹੜੀ ਕਦਰ ਮੁਸ਼ਤਰਕ ਹੈ ਨਾ ਉਹ ਅਕੀਦਤ ਦੀ ਹੈ। ਸਭ ਦੇ ਹਾਂ ਨਾਤ ਲਿਖਣ ਵਾਲਿਆਂ ਨੂੰ ਇਹ ਨਾਤ ਦਾ ਖਮੀਰ ਹੀ ਮੈਂ ਸਮਝਦਾ ਅਕੀਦਤ ਤੋਂ ਜਿਹੜਾ ਸ਼ੁਰੂ ਹੁੰਦਾ ਔਰ ਇਹ ਮਾਮਲਾ ਇਸ ਤਰ੍ਹਾਂ ਅੱਗੇ ਫਿਰ ਆਪਣੀ ਆਪਣੀ ਤੋਫੀਕ ਦੇ ਮੁਤਾਬਿਕ ਆਪਣੇ ਆਪਣੇ ਨਸੀਬ ਦੇ ਮੁਤਾਬਿਕ ਖੈਰਾਤ ਜਿਹੜੀ ਆਪਣੇ ਆਪਣੇ ਕਸ਼ਕੋਲ ਦੇ ਮੁਤਾਬਿਕ ਖੈਰਾਤ ਜਿਹੜੀ ਉਹਨੂੰ ਮਿਲਦੀ ਜਾ ਰਹੀ। ਅਕੀਦਤ ਇਸ ਕੋਈ ਦੌਰ ਆਏ ਨਹੀਂ ਕਿ ਇਸਦਾ ਬੁਨਿਆਦ ਹੈ, ਇਸਦੀ ਅਸਾਸ ਹੈ। ਇਹ ਬਹੁਤ ਕਮ ਲੋਕ ਸਨ ਐਸੇ ਨਜ਼ਰ ਆਉਂਦੇ ਜਿਨ੍ਹਾਂ ਦੇ ਹਾਂ ਨਾਤ ਦਾ ਸਫ਼ਰ ਜਿਹੜਾ ਹੈ ਨਾਤ ਗੋਈ ਦਾ ਸਫ਼ਰ ਉਹ ਜਾਂ ਸਾਦਾ ਜ਼ੁਬਾਨ ਹੈ ਜੇ ਸਮਝੋ ਕਿ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਅਕੀਦਤ ਵੀ ਮਯਸਰ ਆਉਂਦੀ ਹੈ, ਉਹਨਾਂ ਦੇ ਕਲਾਮ ਤੋਂ ਅਕੀਦਾ ਵੀ ਮਯਸਰ ਆਉਂਦਾ ਹੈ। ਬਹੁਤ ਕਮ ਲੋਕ ਐਸੇ ਮਿਲਦੇ ਔਰ ਹਫੀਜ਼ ਤਾਇਬ ਸਾਹਿਬ ਇਸ ਵਾਸਤੇ ਇਹਨਾਂ ਸਾਰਿਆਂ ਹੀ ਸਭ ਤੋਂ ਮੁਨਫਰਿਦ ਔਰ ਇੱਕ ਆਪਣਾ ਜੁਦਾਗਾਨਾ ਤਸ਼ਖਸ ਰੱਖਦੇ ਹਾਂ ਕਿ ਇਹਨਾਂ ਦੇ ਹਾਂ ਜਿਹੜਾ ਮੈਂ ਇਹਨਾਂ ਨੂੰ ਪੜ੍ਹਦਾ ਹਾਂ ਤਾਂ ਮੈਨੂੰ ਅਕੀਦਤ ਵੀ ਮਿਲਦੀ ਹੈ, ਅਕੀਦਾ ਵੀ ਮਿਲਦਾ ਔਰ ਰਸੂਲ ਰਹਿਮਤ ਸੱਲਮ ਦੀ ਸ਼ਖਸੀਅਤ ਦੇ ਹਵਾਲੇ ਨਾਲ ਇਲਮ ਵੀ ਮਿਲਦਾ। ਮੇਰੇ ਕਰੀਮ ਆਕਾ ਸੱਲ ਸੱਲਮ ਦੀ ਨਸ਼ਿਸਤ ਬਰਖਾਸਤ ਜਿਹੜੀ ਹੈ ਉਹਦਾ ਮੰਜ਼ਰਨਾਮਾ ਉਹ ਵੀ ਕਿਸੇ ਨਾ ਕਿਸੇ ਅੰਦਾਜ਼ ਵਿੱਚ ਮਯਸਰ ਆ ਗਿਆ ਔਰ ਤੁਸੀਂ ਉਸ ਪਾਕੀਜ਼ਾ ਜ਼ਿੰਦਗੀ ਦੇ ਉਹ ਜਿਹੜੇ ਅਜ਼ੀਮ ਸ਼ਾਨ ਲਾਫਾਨੀ ਨੂਰ ਤੋਂ ਮਾਮੂਰ ਮੁਖਤਲਿਫ ਹੈ ਨਾ ਮੰਜ਼ਰਨਾਮੇ ਉਹਨਾਂ ਦੇ ਅੰਦਰ ਤੁਸੀਂ ਆਪਣੇ ਆਪ ਨੂੰ ਸ਼ਰੀਕ ਹੁੰਦਾ ਮਹਿਸੂਸ ਕਰਦੇ ਹੋ। ਇਹ ਇੱਕ ਬਹੁਤ ਵੱਡੀ ਸਾਦਤ ਦੀ ਗੱਲ ਹੈ ਔਰ ਇਹ ਗੱਲ ਯਕੀਨਨ ਉਹਨਾਂ ਦੇ ਬਾਕੀ ਖਸਾਇਲ ਤੋਂ ਇਲਾਵਾ ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਹਮੇਸ਼ਾ ਨਾਥ ਗੋਈ ਦੀ ਤਾਰੀਖ 'ਚ ਆਪਣੇ ਇੱਕ ਮੁਨਫਰਿਦ ਮਕਾਮ ਦੇ ਨਾਲ ਜ਼ਿੰਦਾ ਰੱਖੇਗੀ। ਅੱਲਾਹ ਤਾਲਾ ਉਹਨਾਂ ਦੀ ਕਬਰ ਨੂੰ ਨੂਰ ਨਾਲ ਭਰਦੇ ਹੋ ਅਤੇ ਤਹਾਸ਼ਾ ਉਹਨਾਂ ਦਾ ਜਿਹੜਾ ਉਹ ਇੱਕ ਬਹੁਤ ਲੰਬਾ ਰਫਾਕਤ ਉਹਨਾਂ ਦੇ ਨਾਲ ਉਹਨਾਂ ਤੋਂ ਇਕਤਸਾਬ ਫੈਜ਼ ਦਾ ਸ਼ਰਫ ਰਿਹਾ ਔਰ ਮੁਸਲਸਲ ਉਹਨਾਂ ਦੇ ਨਾਲ ਗੁਫਤਗੂ ਰਹੀ। ਮੈਂ ਕਿਉਂਕਿ ਅਜ਼ਵਲ ਤਾਂ ਆਖਿਰ ਹਜ਼ੂਰ ਦੀ ਸੀਰਤ ਦਾ ਤਾਲਬ ਇਲਮ ਔਰ ਮੈਨੂੰ ਕੋਈ ਇਸ ਤੋਂ ਇਲਾਵਾ ਹੋਰ ਦੂਜੀ ਗੱਲ ਆਉਂਦੀ ਨਹੀਂ ਹੈ। ਇਸ ਵਾਸਤੇ ਮੇਰਾ ਜਿਹਨਾਂ ਜਿਹਨਾਂ ਲੋਕਾਂ ਦੇ ਨਾਲ ਵੀ ਉੱਠਣਾ ਬਹਿਣਾ ਜ਼ਿੰਦਗੀ 'ਚ ਰਿਹਾ ਬਤੌਰ ਤਾਲਬ ਇਲਮ ਦੇ ਉਹ ਸੀਰਤ ਦੇ ਤਨਾਜ਼ਰ 'ਚ ਹੀ ਰਿਹਾ ਔਰ ਮੈਂ ਬਹੁਤ ਸਾਰੇ ਨਾਤ ਗੋ ਜ਼ਾਹਿਰ ਹੈ। ਮੈਂ ਕਿਉਂਕਿ ਸ਼ੇਰ ਓ ਅਦਬ ਦਾ ਇੱਕ ਮੈਂ ਕਦੀ ਦਾਅਵਾ ਨਹੀਂ ਕੀਤਾ ਕਿ ਮੈਂ ਅੱਛਾ ਸ਼ਾਇਰ ਹਾਂ, ਲੇਕਿਨ ਮੈਂ ਇਸ ਦਾਅਵੇ ਤੋਂ ਵੀ ਦਸਬਰਦਾਰ ਨਹੀਂ ਹੋ ਸਕਦਾ ਕਿ ਮੈਂ ਇੱਕ ਬਹੁਤ ਅੱਛਾ ਸਾਮੇ ਹਾਂ ਔਰ ਮੈਂ ਅੱਛੇ ਔਰ ਬਹੁਤ ਜ਼ਿਆਦਾ ਅੱਛੇ ਸ਼ੇਰ ਦੇ ਦਰਮਿਆਨ ਤਮੀਜ਼ ਦਾ ਸ਼ਰਫ ਰੱਖਦਾ ਹੈ। ਇਸ ਨਿਸਬਤ ਦੇ ਨਾਲ ਨਾਤ ਯਕੀਨਨ ਜਿਹੜਾ ਵੀ ਕਹਿ ਰਿਹਾ ਹੁੰਦਾ ਆਪਣੇ ਆਪਣੇ ਹਵਾਲੇ ਨਾਲ ਬੜੀ ਖੂਬਸੂਰਤ ਗੱਲ ਹੋ ਰਹੀ ਹੁੰਦੀ ਹੈ, ਲੇਕਿਨ ਇੱਕ ਆਲਾ ਦਰਜੇ ਦੋਤਲੇ ਦਰਜੇ ਦੀ ਜਿਹੜੀ ਨਾਤ ਕਹਿਣੀ ਹੈ ਉਹਦਾ
इन्हों असाथा की सोहबत का फैज है कि किसी ना किसी दर्जे से तुम वह शऊर आना शुरू हो जाता है। जिस टाइम तभी हफी नाथ खाना के नाथ गो हजरात गुफ्तगू रही उमूमी तौर पर मैं समझदा कि जल्द मैं बिल्कुल दयानतदारी तजिया करता है तो साड़ी तरफ उस सीरत के पैरा च बहुत सारिया गल्ला उन्होंने तरफ जा रही होंगे ना जी साड़ी तरफ उन्होंने तक मुंतकिल हो रही होंगी। एक इतमाही ड्यूटी है ना साड़ी भी और जड़े जिन्होंने अल्लाह ने सलीका करीना दिता है लफ्जा इस तरह लड़ी च प्रोण का। लेकिन हफीज ताइब साहब बिला मुबालगा उन्होंने चंद चुनीदा शख्सियात चुन जिन्होंने नाल गुफ्तगू करन तो बाद तुहाडे अपने इलम विच भी सीरत दे हवाले नाल इजाफा हुंदा। वाह वाह क्या बात। मैं जदों भी उन्होंने नाल गल कीती है जदों भी जिस भी पैराए च उन्होंने नाल गल हुई उन्होंने तो उठन तो बाद मैंने एहसास होया है कि मैं एक सीरत दे तालिब इलम दे तौर ते हुजूर दी जिंदगी नूं पहले नालों निस्बतन बेहतर जानना शुरू कर लिया। मैं समझदा उन्हां दा एक बहुत वड्डा कंट्रीब्यूशन और एक तशफ्फुस है। अल्लाह ताला उन्हां दी कब्र नूं नूर नाल भर दे और उन्हां दे जिक्र नूं इसी तरह अल्लाह ताला जारी उसारी रखे। और फिर एक बड़ी खूबसूरत गल है कि उन्होंने अपने जमाने के लोगों नूं बड़ा मुतासिर किया है नात कहण वास्ते बेतहाशा ऐसे लोग सरवर भाई नूं ते बड़ी तफसील नाल इस गल दा गौर यकीनन ने आके गल करनगे कि बे एक बहुत वड्डी तादाद ऐसे नात गो शुअरा दी सन नजर आती है जिन्होंने हफीज ताइब तो मुतासिर होकर नात लिखनी शुरू की। अकीदत तो यकीन उन्होंने घराने च उन्होंने खमीर च मौजूद ही कलमा बोझ से लेकिन नात की तरफ उन्होंने जो आना है उसका वसीला और जरिया हफीज ताइब हैं। सो उन्होंने तो बाद लिखने वाला कोई शख्स भी जो तो मुतासिर होकर शेर कह रहे हैं वह जो अजर है मैं समझदा कि उस हफीज ताइब का भी किस्सा है। और हर नया नात लिखने वाला जल एहतियात के नाल इल्म दे पैराए च अकीदत और अकीदे नूं मद्देनजर रखदे जल शेर कहेगा और उस दा अल्लाह की तरफों माजूर होएगा अल्लाह की तरफों अजर अता किया जाएगा उस अजर चो एक किस्सा हफीज ताइब नूं मिल रहा है। अस्सलामु अलैकुम व रहमतुल्लाह।